ਜਿਹੜੇ ਭਰਾ ਚੰਗਾ ਘੋੜਾ ਬਣਾਉਣਾ ਚਾਹੁੰਦੇ ਆ ਚੰਗੀ ਹਾਈਟ ਦਾ ਚੰਗੇ ਖਾਨਦਾਨ ਦਾ ਚੰਗੀਆਂ ਬੰਤਰਾਂ ਦਾ ਮਜ਼ਬੂਤ ਬਾਡੀ ਦਾ ਚੰਗੀ ਗਰਦਨ ਚੰਗੇ ਕੰਨ ਕੰਡੀਸ਼ਨ ਦਾ ਤਾਂ ਆਪ ਵੀਡੀਓ ਪੂਰੀ ਦੇਖ ਲਓ ਕਮੈਂਟ ਆਪਾਂ ਤਿੰਨ ਲੈਣੀ ਆ ਸਾਰੀ ਤੁਹਾਡੇ ਜ਼ਿਆਦਾ ਟਾਈਮ ਨਹੀਂ ਲੈਂਦੇ ਚੰਗਾ ਘੋੜਾ ਬਣੋ ਬੱਚਾ ਹਜੇ 9 ਤੋਂ 10 ਮਹੀਨਿਆਂ ਦਾ ਹੋਇਆ ਤੇ ਡੇਢ-ਡੇਢ ਸਾਲ ਦੇ ਬੱਚਿਆਂ ਦਾ ਮੁਕਾਬਲਾ ਕਰਦਾ ਚੰਗਾ ਖਾਨਦਾਨ ਚੰਗੇ ਘੋੜੇ ਦਾ ਚੈਂਪੀਅਨ ਬਲੱਡ ਲਾਈਨ ਤੇ ਰੇਟ ਜੈਜ ਬਾਕੀ ਤੁਸੀਂ ਆਪ ਕਮੈਂਟਾਂ 'ਚ ਦੱਸ ਦਿਓ ਵੀ ਬੱਚਾ ਹੈਗਾ ਇੱਕ ਨੰਬਰ ਜਾਂ ਨਹੀਂ ਨਖਰਾ ਨੋਖਰਾ ਬਰੀਕੀ ਕੇ ਪਾਸੋਂ ਕੋਈ ਕਾਜ ਤਾਂ ਛੱਡਿਆ ਹੀ ਨਹੀਂ ਰੱਬ ਨੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਤੋਂ ਆਪਣੇ ਨਾਲ ਬਾਬਾਜੀ ਦਾ ਸਟਾਰਟ ਫਾਰਮ YouTube ਚੈਨਲ ਤੇ ਜੁੜੇ ਆ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਣ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਲੈ ਕੇ ਆਈਆਂ ਅੱਜ ਤੁਹਾਡੇ ਲਈ ਅਜੂਬਾਈ ਲਿਆਂਦਾ ਤੇ ਬੱਚੇ ਦਾ ਨਾਮ ਵੀ ਅਜੂਬਾਈ ਆ ਚੰਗਾ ਘੋੜਾ ਬੰਨ ਵਾਲਾ ਤੁਸੀਂ ਸਾਰੀ ਵੀਡੀਓ ਦੇਖ ਕੇ ਸਾਰਾ ਤੁਹਾਨੂੰ ਦਿਖਾ ਦੇਣਾ ਕੰਨਾਂ ਤੋਂ ਲੈ ਕੇ ਪੈਰਾਂ ਤਾਈ ਨਜ਼ਰ ਮਰਾਵਾਂਗੇ ਬਾਲ ਪੌਰੀਆਂ ਦਾ ਸਾਰਾ ਉਮਰ ਦਾ ਖਾਨਦਾਨ ਬਾਰੇ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਬਸ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਵਧਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲਿਆਉਂਦੇ ਰਹੀਏ ਤੇ ਜੇ ਤੁਸੀਂ ਵੀ ਜਾਇਜ਼ ਰੇਟ 'ਤੇ ਕੋਈ ਜਾਨਵਰ ਲੱਭਦੇ ਆ ਥੋੜੇ ਭਾਤ ਚੰਗਾ ਜਾਨਵਰ ਲੈਣਾ ਚਾਹੁੰਦੇ ਆ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਜਾਇਜ਼ ਰੇਟ ਦੇ ਜਾਨਵਰ ਮਿਲਦੇ ਰਹਿੰਦੇ ਨੇ ਤੇ ਆਜੋ ਦੋਸਤੋ ਬਾਅਦਾਂ ਵੀਡੀਓ ਵੱਲ ਨੂੰ ਦਿੰਦੇ ਆਂ ਡਿਟੇਲ 9 10 ਮਹੀਨਾ ਦਾ ਬਸ਼ੀਰਾ ਜੀ ਮਾਰਵਾੜੀ ਬਸ਼ੀਰਾ ਤਿੰਨ ਪੈਰ ਹੈ ਤੇ ਚਿੱਟੇ ਆ ਤੇ ਮੱਥੇ ਤੇ ਪਟਾ ਕਹਿ ਸਕਦੇਮ ਵਿਚਾਲੇ ਜਿੱਥੇ ਵੀਡੀਓ 'ਚ ਨਹੀਂ ਦਿਖਦਾ ਪਤਲੇ ਪਤਲੇ ਵਾਲ ਆਉਂਦੇ ਆ ਤੇ ਚੰਗੀ ਮਾਂ ਜੀ 65 ਇੰਚ ਦੀ ਇਹਦੀ ਮਾਂ ਤੇ ਬਾਪ 60 ਇੰਚ ਦਾ ਸੀ ਦੋ ਦੰਦ ਸਪਾਇਰ ਹੋ ਗਿਆ ਬਾਪ ਤੇ ਕੰਨ ਕੰਡੀਸ਼ਨ ਦੇਖੋ ਪਹਿਲਾਂ ਕੰਨ ਵੱਲ ਨਿਗਾਹ ਮਾਰੋ ਜਮਾ 1.5 1.5 ਇੰਚ ਦਾ ਕੰਨ ਲੱਗਿਆ ਹੋਇਆ ਤੇ ਅੱਧੀ ਅੱਧੀ ਕੁੰਡੀ ਮੋੜ ਜਾਂਦਾ ਖੜਨੀ ਖੁਰਨੀ ਤੁਸੀਂ ਬੱਚੇ ਦੀਆਂ ਫੁੱਟ ਚੈੱਕ ਕਰ ਸਕਦੇ ਆਂ ਪੂਰਾ 100 ਕੁਆਲਿਟੀ ਕੰਨ ਲੱਗਿਆ ਹੋਇਆ ਦੇਖੋ ਜੀ ਦੇਖ ਸਕਦੇ ਆਂ ਤੁਸੀਂ ਨਾ ਕੋਈ ਓਵਰਲੈਪਿੰਗ ਨਾ ਕੋਈ ਦੂਰ ਰੱਖਿਆ ਪਰਫੈਕਟ ਜਿਹਨੂੰ ਆਪਾਂ ਆਈਡੀਅਲ ਕੰਨ ਬੋਲਦੇ ਨੇ ਉਹ ਕੰਨ ਲੱਗਿਆ ਗਰਦਨ ਦੀ ਕੁੰਡ ਬਰੀਕੀ ਪੂਰੀ ਸੋਹਣੀ ਨਖਰਾ ਨੁਖਰਾ ਪੂਰਾ ਬੱਚੇ ਉੱਡਣਾ ਸਾਪ ਹੀ ਕਹਿ ਸਕਦੇ ਆਂ ਆ ਤੇ ਪਲਿਆ ਪੁਲਿਆ ਵੀ ਚੰਗਾ ਸੰਭਾਲ ਵੀ ਚੰਗੀ ਹੋਈ ਆਈ ਨਹੀਂ ਵੀ ਜੇ ਰੱਬ ਨੇ ਬ ਵੀ ਜਦੋਂ ਬਸ਼ੀਰਾ ਦੇ ਦਿੱਤਾ ਤਾਂ ਉਹਦੀ ਸੰਭਾਲ ਨਹੀਂ ਹੁੰਦੀ ਮਾਲਕਾਂ ਨੇ ਸਾंभਿਆ ਜੀ ਵਧੀਆ ਹਜੇ 9-10 ਮਹੀਨਿਆਂ ਦਾ ਹੋਇਆ ਤੇ ਡੇਢ-ਡੇਢ ਸਾਲ ਤੇ ਬੱਚਿਆਂ ਦਾ ਮੁਕਾਲਵਾ ਕਰਦਾ ਤਿੰਨ ਪੈਰ ਚਟੇ ਆ ਜੀ ਥੋੜੀ ਜੀ ਇੱਥੇ ਮੱਖੀ ਹੋਣ ਦੀ ਵਜ੍ਹਾ ਨਾਲ ਬੱਚੇ ਨੇ ਆਪਦੇ ਆਪ ਨੂੰ ਪਰਫਾਰਮ ਨਹੀਂ ਸਹੀ ਕੀਤਾ ਤੇ ਬਾਕੀ ਤੋਂ ਆ ਕੇ ਜਦੋਂ ਸਾਹਮਣੇ ਦੇਖਿਆ ਨਾ ਬੱਚਾ ਤੁਹਾਡੇ ਦਿਲ 'ਚ ਬੈਠੋ ਪੂਰਾ ਚੰਗੀਆਂ ਬਣਾਵਟਾਂ ਦਾ ਬਾਲ ਭੌਰੀਆਂ ਦਾ ਪੂਰਾ ਸਾਫ਼ ਆ ਹੱਥਾਂ ਪੈਰਾਂ ਦਾ ਪੂਰਾ ਸਾਫ਼ ਆ ਤੇ ਨਖਰਾ ਕਰੰਟ ਤਾਂ ਹੈ ਕਿ ਸੋ ਕੁਆਲਟੀ ਦਾ ਬਸ਼ੀਰਾ ਸੋ ਦੋਸਤੋ ਜੇ ਕਿਸੇ ਨੇ ਥੋੜੇ ਪੈਸੇ ਲਾ ਕੇ ਚੰਗਾ ਘੋੜਾ ਬਣਾਉਣਾ ਹੋਇਆ ਸੋ ਕੁਆਲਟੀ ਦਾ ਬਸ਼ੀਰਾ ਜ਼ਰੂਰ ਦੇਖ ਲਓ ਨੰਬਰ ਥੱਲੇ ਚੱਲ ਪਿਆ 62391545449855599017 ਤੇ ਮੈਨੂੰ ਦਿਓ ਇਜਾਜ਼ਤ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ